ਅਸੀਂ ਨਾ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਸੁਨੇਹਾ ਦੇਈਏ ਕਿ 1 ਜੂਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ, ਤੁਸੀਂ ਸਾਰੇ ਜਾਣੇ ਉਸ ਦਿਨ ਵੋਟਾਂ ਪਾਉਣ ਆਓ, ਜਿੱਥੇ ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਜਗ੍ਹਾ 'ਤੇ ਹੈਗੀ ਆ। ਮੋਗਾ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਜਾਂ ਪੰਜਾਬ ਦੀ ਪੋਲ ਪਰਸੈਂਟੇਜ ਪਿਛਲੇ ਟਾਈਮਾਂ ਦੇ ਵਿੱਚ ਘੱਟ ਰਹੀ ਹੈ, ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ 1 ਤਰੀਕ ਨੂੰ ਵੋਟ ਪਾਉਣ ਆਇਓ। ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ, ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ। ਉੱਥੇ ਹੋ ਸਕਦਾ ਏਸੀ ਲੱਗਿਆ ਹੋਵੇ, ਕੂਲਰ ਤਾਂ ਲੱਗਿਆ ਹੋਊਗਾ, ਪੀਣ ਵਾਲੇ ਪਾਣੀ ਦਾ, ਛਬੀਲ ਦਾ, ਛਾਂ ਦਾ, ਬੈਠਣ ਦਾ ਪ੍ਰਬੰਧ ਹੋਊਗਾ। ਵੋਟਾਂ ਜ਼ਰੂਰ ਪਾਉਣਾ ਹੈ, ਜਿਹਨੂੰ ਮਰਜ਼ੀ ਪਾਓ, ਆਪਣੀ ਮਨ ਮਰਜ਼ੀ ਦੀ ਸਰਕਾਰ ਬਣਾਓ, ਪਰ 1 ਤਰੀਕ ਨੂੰ ਵੋਟਾਂ ਪਾਉਣ ਲਈ ਆਇਓ। ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਆਓਗੇ? ਕਿੱਥੇ ਬਣੀ ਹੈ ਵੋਟ ਤੁਹਾਡੀ? ਹਾਂ, ਜ਼ਰੂਰ ਪਾਉਣ ਆਇਓ। ਸਰ, 1 ਜੂਨ ਨੂੰ ਪੰਜਾਬ ਦੇ ਵਿੱਚ ਬੜਾ ਵੱਡਾ ਤਿਉਹਾਰ ਮਨਾਇਆ ਜਾ ਰਿਹਾ ਹੈਗਾ ਔਰ ਆਪਾਂ ਉਸ ਤਿਉਹਾਰ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ। ਹਾਂਜੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦੇ ਵਿੱਚ ਚੋਣਾਂ ਦਾ ਅਮਲ ਚੱਲ ਰਿਹਾ, ਜਿਹਦੇ ਤਹਿਤ 1 ਜੂਨ ਨੂੰ ਪੰਜਾਬ ਦੇ ਵਿੱਚ ਵੀ ਪੋਲਿੰਗ ਹੋਣੀ ਹੈ। 1 ਜੂਨ ਨੂੰ ਕਾਫੀ ਗਰਮੀ ਹੋਣੀ ਹੈ, ਸੋ ਆਪਾਂ ਨੇ ਗਰਮੀ ਦਾ ਬਹਾਨਾ ਨਹੀਂ ਬਣਾਉਣਾ ਹੈਗਾ ਕਿ ਗਰਮੀ ਹੈ ਇਸ ਕਰਕੇ ਅਸੀਂ ਪੋਲਿੰਗ ਬੂਥ ਤੱਕ ਨਹੀਂ ਜਾ ਸਕਦੇ। ਇਸ ਗਰਮੀ ਦੇ ਮੱਦੇਨਜ਼ਰ ਜਿੰਨੇ ਵੀ ਪ੍ਰੀਕੋਸ਼ਨਸ ਅਸੀਂ ਲੈਣੇ ਨੇ, ਜੋ ਫੈਸਿਲਿਟੀਜ਼ ਅਸੀਂ ਉੱਥੇ ਬੂਥ ਦੇ ਉੱਤੇ ਦੇਣੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਪ੍ਰਬੰਧ ਕਰ ਲਿਆ। ਪਹਿਲਾਂ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਨੇ ਵੀ ਉੱਥੇ ਰੈਂਪ ਹੋਵੇ, ਵਾਸ਼ਰੂਮ ਹੋਵੇ, ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ, ਛਾਂ ਦਾ ਪ੍ਰਬੰਧ ਹੋਵੇ, ਬਿਜਲੀ ਦਾ ਪ੍ਰਬੰਧ ਹੋਵੇ, ਇਹਦੇ ਨਾਲ ਨਾਲ ਇਸ ਵਾਰੀ ਦੀ ਇਲੈਕਸ਼ਨ ਦੇ ਵਿੱਚ ਵੱਖਰਾ ਇਹ ਹੋਏਗਾ ਕਿ ਪੋਲਿੰਗ ਬੂਥ ਦੇ ਅੰਦਰ ਏਸੀ ਜਾਂ ਫਿਰ ਕੂਲਰ ਉਹਦਾ ਪ੍ਰਬੰਧ ਹੋਏਗਾ, ਸ਼ਰਬਤ ਵਾਲੀ ਛਬੀਲ ਲੱਗੀ ਹੋਏਗੀ, ਮੈਡੀਕਲ ਦਾ ਪ੍ਰਬੰਧ ਹੋਏਗਾ, ਅਤੇ ਕਈ ਸਾਰੇ ਬੂਥਸ ਅਸੀਂ ਗ੍ਰੀਨ ਬੂਥ ਬਣਾਉਣੇ ਆ। ਉੱਥੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਏਗਾ ਜਿਵੇਂ ਆਪਾਂ ਇੱਕ ਬਗੀਚੇ ਦੇ ਵਿੱਚ ਆਏ ਹਾਂ, ਉੱਥੇ ਆਲੇ ਦੁਆਲੇ ਪਲਾਂਟੇਸ਼ਨ ਇਸ ਤਰੀਕੇ ਦੀ ਹੋਏਗੀ। ਫਿਰ ਗ੍ਰੀਨ ਬੂਥ ਦੇ ਉੱਤੇ ਹੀ ਤੁਹਾਨੂੰ ਸਾਰਿਆਂ ਨੂੰ ਉੱਥੇ ਸੈਪਲਿੰਗਸ ਦੇਣੀਆਂ ਨੇ, ਅਸੀਂ ਜਿਹੜੇ ਬੂਟੇ ਤੁਸੀਂ ਘਰਾਂ ਦੇ ਵਿੱਚ ਜਾ ਕੇ ਲਿਜਾ ਸਕਦੇ ਹੋ ਐਜ ਆ ਗਿਫਟ ਦੇਵਾਂਗੇ। ਇਹਦੇ ਨਾਲ ਨਾਲ ਹੀ ਜਿਹੜੇ ਫਸਟ ਟਾਈਮ ਵੋਟਰਸ ਹੋਣਗੇ ਸਾਰੇ ਬੂਥ ਦੇ ਉੱਪਰ ਹੀ, ਉਹਨਾਂ ਨੂੰ ਵੀ ਅਸੀਂ ਇੱਕ ਛੋਟਾ ਜਿਹਾ ਗਿਫਟ ਦੇਵਾਂਗੇ। ਤਾਂ ਕੁੱਲ ਮਿਲਾ ਕੇ ਇਹ ਜਿਹੜਾ ਮੈਮੋਰੇਬਲ ਇੱਕ ਐਕਸਪੀਰੀਅੰਸ ਹੋਏਗਾ, ਤੁਸੀਂ ਤਾਂ ਉਮਰ ਯਾਦ ਕਰੋਗੇ ਕਿ ਜੀ ਅਸੀਂ ਇਹ ਵੋਟ ਪਾਉਣ ਗਏ ਸੀਗੇ ਤਾਂ ਉਦੋਂ ਸਾਨੂੰ ਇਹੋ ਜਿਹਾ ਤਜਰਬਾ ਹੋਇਆ ਸੀਗਾ। ਜਿਵੇਂ ਅਸੀਂ ਸਰਕਾਰੀ ਚੀਜ਼ਾਂ ਨੂੰ ਸਮਝ ਲੈਂਦੇ ਹਾਂ ਕਿ ਨੀਰਸ ਜੀਆਂ ਹੁੰਦੀਆਂ ਨੇ, ਤਾਂ ਸਾਨੂੰ ਲੱਗੂਗਾ ਕਿ ਇਹ ਜਿਹੜੇ ਬੂਥ ਨੇ ਇਹ ਨੀਰਸ ਜੇ ਹੋਣਗੇ, ਪਰ ਇਸ ਤਰ੍ਹਾਂ ਨਹੀਂ ਹੈਗਾ। ਮੋਗੇ ਜ਼ਿਲ੍ਹੇ ਦੇ ਵਿੱਚ 40 ਪੋਲਿੰਗ ਸਟੇਸ਼ਨ ਜਿਹੜੇ ਹੋਣਗੇ ਉਹ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਨੇ, ਜਿਹੜੇ ਬਹੁਤ ਸਜਾਏ ਹੋਣਗੇ। ਤੁਹਾਨੂੰ ਇਹ ਲੱਗੂਗਾ ਕਿ ਅਸੀਂ ਜਿਵੇਂ ਕਿਸੇ ਪੈਲਸ ਦੇ ਵਿੱਚ ਆ ਰਹੇ ਹਾਂ, ਉੱਥੇ ਇਸ ਤਰ੍ਹਾਂ ਦੀ ਸਜਾਵਟ ਹੋਊਗੀ। ਅਤੇ ਕੁਛ ਬੂਥ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਸਿਰਫ ਫੀਮੇਲ ਇੰਪਲਾਈਜ਼ ਹੋਣਗੇ, ਕੁਛ ਜਿੱਥੇ PWD ਹੋਣਗੇ। ਕੁੱਲ ਮਿਲਾ ਕੇ ਇਹ ਇੱਕ ਵੱਖਰੇ ਤਰੀਕੇ ਦਾ ਤਜਰਬਾ ਹੋਊਗਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ 1 ਜੂਨ ਨੂੰ ਵੋਟਾਂ ਪਾਉਣ ਲਈ ਆਈਏ, ਤਾਂ ਕਿ ਪਿਛਲੀ ਲੋਕ ਸਭਾ ਵੇਲੇ ਮੋਗੇ ਜ਼ਿਲ੍ਹੇ ਦੇ ਉੱਪਰ ਇੱਕ ਦਾਗ ਜਿਹਾ ਲੱਗਿਆ ਸੀਗਾ ਕਿ ਇੱਥੋਂ ਦੀ ਪੋਲ ਪਰਸੈਂਟੇਜ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀਗੀ, ਹੁਣ ਆਪਾਂ ਉਸ ਨੂੰ 70% ਤੋਂ ਉੱਪਰ ਲੈ ਜਾਈਏ। ਹਾਂਜੀ, ਇਹ ਸਾਰੀਆਂ ਕੋਸ਼ਿਸ਼ਾਂ ਦੇ ਤਹਿਤ ਹੀ ਅਸੀਂ ਹਰੇਕ ਸੈਕਸ਼ਨ ਨੂੰ ਟੱਚ ਕਰ ਰਹੇ ਹਾਂ। ਅਸੀਂ ਸਕੂਲਾਂ ਦੇ ਵਿੱਚ ਜਾ ਰਹੇ ਹਾਂ, ਕਾਲਜਾਂ ਦੇ ਵਿੱਚ ਜਾ ਰਹੇ ਹਾਂ, ਹੋਰ ਅਦਾਰਿਆਂ ਦੇ ਵਿੱਚ ਜਾ ਰਹੇ ਹਾਂ। ਕੋਈ ਵੋਟਰਸ ਦਾ ਸੈਕਸ਼ਨ ਨਾ ਰਹਿ ਜਾਵੇ ਜਿਹਨੂੰ ਅਸੀਂ ਇਹ ਕਹਿਣ ਤੋਂ ਕਿਤੇ ਖੁੰਝ ਜਾਈਏ। ਤਾਂ ਇੱਕ ਇਹ ਦੇਖਦਾ ਸੀਗਾ ਕਿ ਬੱਸਾਂ ਦੇ ਵਿੱਚ ਬਹੁਤ ਸਾਰੇ ਪੈਸੰਜਰਸ ਆਉਂਦੇ ਜਾਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਟੱਚ ਕੀਤਾ ਗਿਆ ਹੈਗਾ, ਤਾਂ ਇੱਕ ਨਿਵੇਕਲੀ ਕੋਸ਼ਿਸ਼ ਸਾਡੀ ਸਵੀਪ ਟੀਮ ਨੇ, GA ਮੈਡਮ ਨੇ, ਸ਼ੁਭੀ ਅੰਗਰਾਜੀ ਨੇ ਕੀਤੀ ਕਿ ਬੱਸਾਂ
ਦੇ ਵਿੱਚ ਜਿੰਨੀਆਂ ਸਵਾਰੀਆਂ ਨੇ ਉਹਨਾਂ ਸਾਰੀਆਂ ਨੂੰ ਜਾਗਰੂਕ ਕੀਤਾ ਜਾਵੇ, ਕਿਉਂਕਿ ਆਪਣੇ ਜ਼ਿਲ੍ਹੇ ਤੋਂ ਬਹੁਤ ਹੀ ਜ਼ਿਆਦਾ ਦੂਰ ਤੱਕ ਤਾਂ ਬੱਸ ਸਰਵਿਸ ਚੱਲਦੀ ਨਹੀਂ ਆ, ਨੇੜੇ ਨੇੜੇ ਦੀਆਂ ਸਵਾਰੀਆਂ ਨੇ ਜਿਹੜੀਆਂ ਉਹ ਤਾਂ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਆਪਣੀ ਕੰਸਟੀਚੁਐਂਸੀ ਦੇ ਵਿੱਚ ਹੀ ਪੈਂਦੀਆਂ ਨੇ, ਤਾਂ ਉਹਨਾਂ ਸਾਰਿਆਂ ਨੂੰ ਅਸੀਂ ਇਹ ਮੈਸੇਜ ਦਿੱਤਾ ਕਿ 1 ਜੂਨ ਨੂੰ ਵੋਟ ਪਾਉਣ ਲਈ ਜ਼ਰੂਰ ਆਉਣ।